ਕਿਤੇ ਬਿਜਲੀ ਬੋਰਡ ਦੀ ਅਣਗਹਿਲੀ ਤੇ ਕਿਤੇ ਇਨਸਾਨੀ ਗਲਤੀ ਕਾਰਨ ਪੰਜਾਬ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਕਪੂਰਥਲਾ ਦੇ ਪਿੰਡ ਮੇਜਰ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਬਿਜਲੀ ਦੀਆਂ ਤਾਰਾਂ ਚੋਂ ਨਿਕਲੀ ਇੱਕ ਚੰਗਿਆੜੀ ਨੇ ਦਰਜਨਾ ਏਕੜ ਕਣਕ ਦੇ ਖੜੇ ਨਾੜ ਨੂੰ ਸਾੜ ਕੇ ਸੁਆਹ ਕਰ ਦਿੱਤਾ। ਕਿਸਾਨਾਂ ਨੇ ਤੂੜੀ ਬਣਾਉਣ ਲਈ ਇਹ ਨਾੜ ਰੱਖਿਆ ਹੋਇਆ ਸੀ। ਜਿਵੇਂ ਹੀ ਅੱਗ ਲੱਗਣ ਦੀ ਸੂਚਨਾ ਲੋਕਾਂ ਨੇ ਸੁਣੀ ਤਾਂ ਉਹ ਆਪ ਮੁਹਾਰੇ ਟਰੈਕਟਰ ਲੈ ਕੇ ਘਟਨਾ ਵਾਲੀ ਥਾਂ ਤੇ ਪਹੁੰਚੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਘਟਨਾ ਸਥਾਨ ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਹਨੇਰੀ ਕਾਰਨ ਬਿਜਲੀ ਦਾ ਖੰਭਾ ਟੁੱਟ ਗਿਆ, ਜਿਸ ਕਾਰਨ ਹਾਦਸਾ ਵਾਪਰਿਆ। ਪਰ ਦੂਜੇ ਪਾਸੇ ਬਿਜਲੀ ਵਿਭਾਗ ਦੇ ਜੂਨੀਅਰ ਇੰਜੀਨੀਅਰ ਹਕਮ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਤੂੜੀ ਬਣਾਉਣ ਸਮੇਂ ਟਰਾਲੀ ਲੱਗਣ ਦੇ ਕਾਰਨ ਪੋਲ ਟੁੱਟਾ ਹੈ, ਜਿਸ ਦੀ ਕਿਸਾਨਾਂ ਵੱਲੋਂ ਮਹਿਕਮੇ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਕਪੂਰਥਲਾ ਤੋਂ ਬਿਊਰੋ ਰਿਪੋਰਟ, ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਮੈਪ ਟੀਵੀ। ਸਰ ਕੀ ਨਾਮ ਤੁਹਾਡਾ? ਸਤਿੰਦਰ ਸਿੰਘ ਜੀ। ਇਹ ਅੱਗ ਕਿਵੇਂ ਲੱਗੀ ਹੈ? ਇਹ ਅੱਗ ਜੀ ਉਹ ਤਾਰਾਂ ਸਪਾਰਕ ਹੋ ਗਿਆ ਖੰਭੇ ਦੇ ਕੋਲੋਂ ਜੀ। ਠੀਕ ਹੈ, ਨੁਕਸਾਨ ਕਿੰਨਾ ਕੁ ਹੋਇਆ? ਨੁਕਸਾਨ ਤੁਹਾਡਾ ਜੀ ਮੇਰੇ ਹਿਸਾਬ ਦੇ ਨਾਲ ਤੇ ਜੇ ਨਾ ਇੰਨੇ ਜਾਣੇ ਇਕੱਠੇ ਹੁੰਦੇ ਤੇ ਘੱਟ ਤੋਂ ਘੱਟ 20-25 ਕਿੱਲਿਆਂ ਦਾ ਹੋ ਜਾਣਾ ਸੀ। ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਜੀ? ਪਤਾ ਨਹੀਂ, ਹੁਣ ਅਸੀਂ ਤਾਂ ਤੂੜੀ ਬਣਾਉਣ ਡੇ, ਯਕਦਮ ਟਰੈਕਟਰ ਲਾ ਕੇ ਤੇ ਭੱਜੇ ਹਾਂ ਜੀ। ਕੀ ਅੱਗ ਤੇ ਕਾਬੂ ਪਾ ਲਿਆ ਗਿਆ ਹੁਣ? ਹਾਂਜੀ, ਹੁਣ ਤਕਰੀਬਨ ਕੰਟਰੋਲ ਹੈ ਜੀ ਸਰ। ਹਾਂਜੀ ਸਰ, ਕੀ ਨਾਮ ਤੁਹਾਡਾ? ਬਾਬ ਸਰਜੀਤ ਸਿੰਘ। ਸਰ ਇਹ ਜਿਹੜੀ ਅੱਗ ਕਿਵੇਂ ਲੱਗੀ ਹੈ ਜੀ? ਇਹ ਅੱਗ ਬਸ ਬਿਜਲੀ ਛੱਡੀ ਹੈ 293 ਜੀ। 2 ਮਿੰਟ ਉਹਦੇ ਵਾਸਤੇ ਹੋਰ ਥਾਵਾਂ ਦੇ ਵਿੱਚ ਲੱਗ ਗਈ, ਇੱਕ ਘੁੱਗਾ ਦੇ ਲੱਗ ਲੱਗ ਗਈ ਤੇ ਇੱਕ ਅਗਲੇ ਬੰਨੇ ਗੋਲਿਆਂ ਦੇ ਪਤਾ ਲੱਗ ਗਿਆ। ਕਿੰਨਾ ਕੁ ਨੁਕਸਾਨ ਹੋਇਆ? 6-7 ਕਿੱਲੇ ਦੂਰ ਅਜੇ ਨਾਲ ਖੜਿਆ ਵਾ ਗਾੜੀ, ਦੇਖੋ ਜੇ 50 ਹੋ ਗਿਆ, ਟਰੈਕਟਰ ਕਾਫੀ ਇਕੱਠੇ ਹੋ ਗਿਆ। ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ? ਕਿਸੇ ਨੇ ਦਿੱਤੀ, ਉਹ ਟਰੈਕਟਰ ਵਾਲੇ ਲੱਗ ਗਿਆ, ਉਹ ਵਾਰੀ ਕਿਤੇ ਫੋਨ ਕਰ ਲਿਆ। ਹਾਂਜੀ ਸਰ, ਕੀ ਨਾਮ ਤੁਹਾਡਾ? ਕੁਲਦੀਪ ਸਿੰਘ ਜੀ। ਅੱਗ ਕਿਵੇਂ ਲੱਗੀ ਹੈ ਜੀ? ਆਹ ਲੈਂਟ ਕੀ ਪਈ ਹੈ ਜੀ, ਕੱਲ੍ਹ ਹਨੇਰੀ ਦਾ ਖੰਭਾ ਡੱਡਿਆ, ਬੱਤੀਆਂ ਨੇ ਬੱਤੀ ਛੱਡਤੀ ਤਾਂ ਕਰਕੇ ਅੱਗ ਲੱਗੀ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਮੇਰੇ ਹਿਸਾਬ ਨਾਲ ਵੇਖੋ ਵੀ ਇੱਧਰ ਨਹੀਂ ਕਰ, 10-15 ਕਿੱਲੇ ਸਾਹ ਹੋਣਾ ਹੀ ਹੈ ਇੱਧਰ। ਹਾਂਜੀ, ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਹੈ? ਪਤਾ ਨਹੀਂ ਜੀ, ਵੈਸੇ ਵੀ ਪਰ ਆਪ ਭੱਜੇ ਫਿਰਦੇ ਹਾਂ, ਦੇਖੋ ਹੁਣ ਕੋਈ ਸੂਚਨਾ ਦਿੱਤੀ ਤਾਂ ਆਇਆ ਕੋਈ ਨਹੀਂ ਅਜੇ ਮੇਰੇ ਸਾਹਮਣੇ। ਅੱਗ ਤੇ ਕਾਬੂ ਕਿਵੇਂ ਪਾਇਆ ਗਿਆ? ਬਸ ਆਹ ਪੋਲੀਆਂ ਪੈ ਗਿਆ ਜੀ ਬਸ। ਸਰ ਕੀ ਨਾਮ ਤੁਹਾਡਾ? ਨਿਸ਼ਾਨ ਸਿੰਘ। ਇਹ ਅੱਗ ਕਿਸ ਤਰ੍ਹਾਂ ਲੱਗੀ ਆ? ਇਹ ਸਰ ਖੰਭਾ ਤੁਸੀਂ ਦੇਖ ਰਹੇ ਹੋ ਵੀ ਇਹ ਡਿੱਗਣ ਦਾ, ਹਨੇਰੀ ਆਈ ਆ, ਹਨੇਰੀ ਨੇ ਕਾਰਨ ਕਰਕੇ ਖੰਭਾ ਡਿੱਗ ਗਿਆ ਅਤੇ ਹੁਣ ਬੱਤੀ ਡਿੱਗਾ ਜੀ, ਅਤੇ ਉਸ ਤੋਂ ਬਾਅਦ ਇਹ ਹੈਗਾ ਜੀ ਮੇਰੇ ਹਿਸਾਬ ਨਾਲ ਵੀ ਬੱਤੀ ਚੈੱਕ ਕੀਤੀ ਗਈ ਆ, ਇੱਥੋਂ ਲੱਗੀ ਜੀ ਅੱਗ, ਇਸ ਤੋਂ ਸ਼ੁਰੂ ਹੁੰਦੀ ਹੁੰਦੀ ਅਤੇ ਇੱਧਰੋਂ ਨਾਲ ਬਖਸ਼ੀਸ਼ ਸਿੰਘ ਦਾ, ਰਾਜਵਿੰਦਰ ਦਾ, ਜੋਗਿੰਦਰ ਦਾ, ਨਾੜਸੜ ਦਾ ਹੋਇਆ, 2 ਜਗ੍ਹਾ 'ਤੇ ਲੱਗੀ ਆ ਗਈ, ਕਿੱਥੇ ਇੱਕ ਪਿੱਛੇ ਲੱਗੀ ਹੈ ਜੀ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਜੀ ਹੋ ਗਿਆ ਜੀ 9 ਏਕੜ, 8-9 ਏਕੜ, 9 ਤੋਂ 10 ਕਾਰਨ ਸਰ ਸਰ ਕੱਟਿਆ ਜੀ, ਆਹ ਕਵਰ ਕਰੋ ਦਿਖਾਓ ਪਿੱਛੇ। ਹਾਂਜੀ, ਫਾਇਰ ਬ੍ਰਿਗੇਡ ਪਹੁੰਚ ਗਈ ਮੌਕੇ 'ਤੇ? ਨਹੀਂ, ਲੇਟ ਪਹੁੰਚੀ, 1.5 ਘੰਟੇ ਬਾਅਦ। ਅੱਗ 'ਤੇ ਫਿਰ ਕਾਬੂ ਕਿਸ ਤਰ੍ਹਾਂ ਪਾਇਆ ਗਿਆ? ਹਾਂਜੀ, ਅੱਗ 'ਤੇ ਕਾਬੂ ਇਸ ਤਰ੍ਹਾਂ ਕੀਤਾ ਸਰ ਵੀ ਟਰੈਕਟਰ ਆ ਗਏ, ਵੀ ਸਾਡੇ ਘਰ ਦੇ 5-7 ਟਰੈਕਟਰ ਉਹ ਆ ਗਏ, ਫਿਰ ਘੁੱਗਬੇੜ ਦੇ ਟਰੈਕਟਰ ਆ ਗਏ 5-7, ਫਿਰ ਕੁਕਰੈਨ ਦੇ ਟਰੈਕਟਰ ਆ ਗਏ, ਲੋਕਾਂ ਨੇ ਸਹਿਯੋਗ ਦੇ ਨਾਲ ਹੀ ਬੁਝੀ ਆ ਜੀ ਅੱਗ ਨਾਲ, ਫਿਰ ਅੱਗ ਦੇ ਕੰਟਰੋਲ ਕੀਤਾ ਗਿਆ ਜੀ। ਕੀ ਕਾਰਨ ਤੁਸੀਂ ਇੱਥੇ ਪਹੁੰਚੇ ਹੋ ਜੀ? ਕੀ ਕਾਰਨ ਤੁਸੀਂ ਇੱਥੇ ਪਹੁੰਚੇ ਹੋ ਜੀ? ਇਤਲਾਹ ਮਿਲੀ ਸੀ ਕਿ ਇੱਥੇ ਅੱਗ ਲੱਗੀ ਆ ਜੀ, ਅਤੇ ਕੰਟਰੋਲ ਨਹੀਂ ਹੋ ਰਿਹਾ, ਅਤੇ ਮੈਂ ਇਮੀਡੀਏਟਲੀ ਉਸੇ ਟਾਈਮ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, ਨਾਲ ਹੀ ਆ ਗਏ। ਅੱਗ ਦਾ ਕਾਰਨ ਕੀ ਸੀ? ਕੰਟਰੋਲ ਹੋ ਗਿਆ ਮੇਰੇ ਆਉਣ ਤੋਂ ਪਹਿਲਾਂ। ਧੰਨਵਾਦ। ਕੀ ਨਾਮ ਤੁਹਾਡਾ? ਗੁਰਪ੍ਰੀਤ ਸਿੰਘ। ਕਿਸ ਡਿਪਾਰਟਮੈਂਟ ਤੋਂ? ਫਾਇਰ ਬ੍ਰਿਗੇਡ। ਫਾਇਰ ਬ੍ਰਿਗੇਡ ਇੱਥੇ ਪਹੁੰਚੇ, ਤੁਸੀਂ ਕੀ ਸੂਚਨਾ ਮਿਲੀ ਤੁਹਾਨੂੰ? ਸਾਨੂੰ ਸੂਚਨਾ ਮਿਲੀ ਕਿ ਖਤਰਾਣ ਪਿੰਡ ਇਹਨਾਂ ਮੈਡਮ ਨੂੰ ਅੱਗ ਲੱਗੀ ਆ, ਅਤੇ ਅਸੀਂ ਸਿੱਧੇ ਇੱਧਰ ਆ ਗਏ, ਅਸੀਂ ਅੱਗ 'ਤੇ ਆ ਕੇ ਤੁਸੀਂ ਸਿੱਧੇ ਅੱਗ 'ਤੇ ਆ ਰਹੇ, ਟੈਂਕੀ ਭਰ ਰਹੇ ਸੀ ਪਾਣੀ 'ਤੇ, ਸਿੱਧੇ ਉੱਥੋਂ ਸਾਨੂੰ ਸੂਚਨਾ ਮਿਲੀ ਆ ਦਫ਼ਤਰੋਂ, ਅਸੀਂ ਉੱਥੇ ਸਿੱਧੇ ਹੀ ਆ ਗਏ। ਤੁਹਾਨੂੰ ਸੂਚਨਾ ਪੁਲਿਸ ਵੱਲੋਂ ਦਿੱਤੀ ਗਈ ਆ? ਹਾਂਜੀ, ਸਾਨੂੰ ਪੁਲਿਸ ਵੱਲੋਂ ਸੂਚਨਾ ਮਿਲੀ ਆ ਕਿ ਤੁਹਾਡੇ ਵੱਲੋਂ ਕਿੰਨੀ ਕੁ ਮੰਨ ਲਓ ਦੇਰੀ ਨਾਲ ਪਹੁੰਚਿਆ ਗਿਆ? ਸਾਡੇ ਕੋਲ ਤਾਂ ਸਾਨੂੰ ਜਿੱਦਾਂ ਮਿਲੀ ਆ ਜੀ, ਅਸੀਂ ਉਹਦੇ ਅਕੋਰਡਿੰਗ 10 ਮਿੰਟ 'ਚ ਪਹੁੰਚ ਗਿਆ, ਜਿੱਦਾਂ ਸਾਨੂੰ ਨਵੀਂ ਖਬਰ ਮਿਲੀ ਆ, 10 ਮਿੰਟ 15 ਮਿੰਟ ਲੱਗੇ ਸੀ। ਅੱਗ ਬੁਝਾਉਣ 'ਚ ਤੁਹਾਡਾ ਸਹਿਯੋਗ ਰਿਹਾ? ਨਹੀਂ, ਸਾਡੇ ਆਉਣ ਤੋਂ ਪਹਿਲਾਂ ਇਹਨਾਂ ਨੇ ਮਿਲ ਕੇ ਅੱਗ ਚਾਲੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ।
ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਅਜੀਤ।